बरनाला के सीवरेज बोर्ड दफ्तर के बाहर मुलाजिमों द्वारा किए जा रहे रोष प्रदर्शन के तहत उस समय माहौल गर्मा गया जब सीवरेज बोर्ड बरनाला के कर्मचारियों द्वारा अपने ही विभाग के आला अधिकारियों के प्रति अपनी मांगों को लेकर दफ्तर के समक्ष रोष प्रदर्शन किया जा रहा था। रोष प्रदर्शन के दौरान पिछले 27 वर्षों से सीवरेज बोर्ड में काम कर रहा पंप ऑपरेटर गोविंदर सिंह आक्रोश में आकर पेट्रोल की बोतल लेकर सीवरेज बोर्ड बरनाला की ही वाटर टंकी पर चढ़कर रोष प्रदर्शन करने लगा। पंप ऑपरेटर का दोष है कि वह आउटसोर्सिंग पर सीवरेज बोर्ड विभाग में पिछले 27 वर्षों से काम कर रहा है और अचानक विभाग के एसडीओ और जेई ने बिना नोटिस उन्हें ड्यूटी से डिसमिस कर दिया। उन्होंने बताया कि वह समय समय पर उन्हें ड्यूटी के दौरान तंग परेशान भी करते थे, उनकी नाजायज बदलियां की जाती थी और अब उसका चूल्हा चौंका ही विभाग ने बंद कर दिया तो वह मरना ही मुनासिब समझता है। जब इस सारे मामले को लेकर सीवरेज बोर्ड अधिकारियों से बात हुई तो सीवरेज बोर्ड अधिकारी का कहना है कि उन पर सरासर गलत दोष लगाए जा रहे हैं। इसकी रिपोर्ट एसटीएम बरनाला और डीसी बरनाला को कर दी गई है। उन्होंने बताया कि पंप ऑपरेटर को ड्यूटी में कोताही बरतने पर उस पर विभाग की तरफ से एक्शन लिया गया है। बरनाला से हलचल के लिए विनोद शर्मा की रिपोर्ट। मेरा नाम तार सिंह जी, मैं तो ब्रांच प्रधान बरनाला सीवरेज बोर्ड का जी। ये मसला जी साडा सी 31/8 नूं एस डी ओ साहब नूं मंग पत्र दिता सी मंगां दे प्रति, पर इन्हां ने साडे किसे वर्कर की कोई मंग हल करन दी प्रति ये दूसरे पासे वर्करां नूं डराउण धमकाउण वालीआं गल्लां ते वर्करां नूं गैर हाजरियां लाउण बदलियां करन इस पासे टेढ़े रस्ते ते चल पए। इन्हां दी इत्थे जुंडली बणी हुई अत्याचारां दी, इक एस डी ओ आ, जेई आ, कंपनी वाले आ, ये नादरशाही ढंग नाल सारे आपदे दफ्तर नूं चला रहे आ। इहदे विच सानूं पुछण वाला कोई नहीं, असीं जिहड़ा मर्जी फैसला करी चलीए भी असीं उस ढंग नाल साडे दफ्तर नूं चलावांगे। इत्थे ਆਪਦੇ ਦਫ਼ਤਰ 'ਚ ਇੱਥੇ ਨਵੇਂ ਮੇਜ਼ ਲਿਆਂਦੇ, ਉਹਦੇ ਉੱਪਰ ਗ੍ਰੇਨਾਈਟ ਦੇ ਉੱਪਰ ਲਿਆ ਕੇ ਸਲੈਬਾਂ ਰੱਖ ਲਈਆਂ ਇਹਨਾਂ ਨੇ, ਉਹ ਪਤਾ ਨਹੀਂ ਕਿੱਥੋਂ ਲਿਆਉਂਦੇ ਆ ਕਿੱਥੋਂ ਨਹੀਂ। ਇੱਥੇ ਬਾਹਰਲੇ ਸਾਈਡਾਂ ਤੋਂ ਜਿਹੜਾ ਉੱਥੇ ਐਸ ਟੀ ਪੀਆਂ ਵਾਸਤੇ ਸੀਮੈਂਟ ਆਇਆ ਵਾ ਉਹ ਸੀਮੈਂਟ ਚੱਕ ਕੇ ਲਿਆ ਕੇ ਇੱਥੇ ਰੱਖ ਲਿਆ। ਇੱਕ ਇਹਦੇ ਨਾਲ ਹੀ ਮੈਂ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ। ਭਦੌੜ ਤੋਂ ਇਹਨਾਂ ਨੇ ਸੀਮੈਂਟ ਮੰਗਾਇਆ ਸਾਡੇ ਮਹਿਕਮੇ ਦਾ ਡੀ ਸੈਲਟਰ ਜੀ, ਡੀ ਸੈਲਟਰ ਦੇ 'ਚ ਇਹਨਾਂ ਨੇ ਰੇਤਾ ਜ਼ਿਆਦਾ ਪਾ ਲਿਆ, ਉੱਪਰ ਸੀਮੈਂਟ ਦੀਆਂ ਬੋਰੀਆਂ ਰੱਖ ਲਈਆਂ, ਉਹ ਡੀ ਸੈਲਟਰ ਗਰਮ ਹੋ ਜਾਇਆ ਕਰੇ। ਉਹਦੇ 5-7 ਵਾਰੀ ਪਾਣੀ ਪਾ ਕੇ ਵਰਕਰ ਸਾਡੇ ਉਹ ਇੱਥੇ ਤੱਕ ਲੈ ਕੇ ਆਏ, ਉਹ ਹੁਣ ਇੱਥੇ ਕੰਪਨੀ 'ਚ ਲੱਗਿਆ ਖੜਾ, 50,000 ਦਾ ਮਹਿਕਮੇ ਦਾ ਨੁਕਸਾਨ ਕਰਤਾ, ਉਹ ਹੁਣ ਕੌਣ ਇਹਨਾਂ ਦਾ ਪਿਓ ਭਰੂਗਾ ਜੀ? ਉਹ ਇਹ ਇਹੋ ਜਿਹੇ ਕੰਮ ਇੱਥੇ ਕਰ ਰਹੇ ਨੇ, ਇਹ ਤਾਂ ਗੁੰਡਾਗਰਦੀ ਕਰ ਰਹੇ ਨੇ ਸ਼ਰੇਆਮ ਇਸ ਦਫ਼ਤਰ ਵਿੱਚ। ਸਾਡੇ ਵਰਕਰ ਨੂੰ ਨੋਟਿਸ ਦੇ ਕੇ ਬਿਨਾਂ ਉਹਦੇ ਜਵਾਬ ਲਏ ਤੋਂ ਉਹਨੂੰ ਟਰਮੀਨੇਟ ਕਰਤਾ ਜੀ ਇਹਨਾਂ ਨੇ। ਉਹ ਇਸ ਕਰਕੇ ਉਹਨੂੰ ਇੰਨਾ ਹਰਾਸ ਕੀਤਾ ਜੀ, 1.5 ਮਹੀਨੇ ਤੋਂ ਉਹਦੇ ਮਗਰ ਪਏ ਹੋਏ ਆ, ਉਹ ਮਜ਼ਬੂਰ ਹੋ ਕੇ, ਹਾਲਾਂਕਿ ਸਾਡਾ ਇਹ ਜਥੇਬੰਦੀ ਦਾ ਇਹ ਫੈਸਲਾ ਨਹੀਂ, ਅਸੀਂ ਆਪਦਾ ਜਥੇਬੰਦ ਢੰਗ ਨਾਲ ਇੱਥੇ ਲੜਾਈ ਲੜ ਰਹੇ ਸੀਗੇ, ਪਰ ਉਹ ਬੰਦੇ ਨੂੰ ਇੰਨਾ ਇਹਨਾਂ ਨੇ ਟਾਰਚਰ ਕੀਤਾ ਉਹ ਬੰਦਾ ਅੱਜ ਟੈਂਕੀ ਤੇ ਚੜ ਗਿਆ ਜੀ। ਮੇਰਾ ਨਾਮ ਗੋਵਿੰਦਰ ਸਿੰਘ ਹੈ ਜੀ, ਮੈਂ ਬਤੌਰ ਕੰਪਰੇਟਰ ਪਿਛਲੇ 27 ਸਾਲ ਤੋਂ ਆਊਟਸੋਰਸ ਤੇ ਮਹਿਕਮੇ ਸੀਵਰੇਜ ਬੋਰਡ 'ਚ ਕੰਮ ਕਰਦਾ ਸੀਗਾ। ਸਾਡੇ ਕੁਛ ਮੰਗਾਂ ਸੀਗੀਆਂ ਐਸ ਡੀ ਓ ਨਾਲ ਲਗਾਤਾਰ, ਸੀ ਜਿਹੜਾ ਹੁਣ ਬਾਲ ਗਿਆ ਐਸ ਡੀ ਓ ਗੁਰਪ੍ਰੀਤ ਸਿੰਘ ਤੇ ਜੀ ਸੁਖਰਾਜ ਸਿੰਘ, ਇੱਕ ਕੰਪਨੀ ਦਾ ਸੁਰਿੰਦਰ ਸਿੰਘ ਕੋਈ ਕੰਪਨੀ ਦਾ ਰੱਖਿਆ ਹੋਇਆ, ਇਹਨਾਂ ਸਾਡੀ ਮੰਗਾਂ ਸੰਬੰਧੀ ਗੱਲਬਾਤ ਜਿਹੜੀ ਇਹਨਾਂ ਨੇ ਮੰਗਾਂ ਦਾ ਹੱਲ ਕਰਨ ਦੀ ਬਜਾਏ ਮੈਨੂੰ ਡਿਸਮਿਸ ਕਰਵਾਤਾ। ਇਹਨਾਂ ਨੇ ਮਿਲ ਕੇ ਮੇਰੇ ਤੇ ਨਿੱਜੀ ਪ੍ਰੈਸ਼ਰ ਪਾਉਂਦੇ ਹਰ ਇੱਕ ਗੱਲ ਦਾ, ਮੇਰੇ ਮਤਲਬ ਕਿ ਮੈਨੂੰ ਜਲੀਲ ਕਰਦੇ ਸੀਗੇ। ਉਹਦੇ ਕਾਰਨ ਅਸੀਂ ਵਾਰ ਵਾਰ ਇਹਨਾਂ ਨਾਲ ਜੋ ਗੱਲਬਾਤ ਕਰੀ ਨਾ, ਮੇਰੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਇਹਨਾਂ ਨੇ ਮੈਨੂੰ ਮਤਲਬ ਕਿ ਟਰਮੀਨੇਟ ਹੀ ਕਰਤਾ। ਮੇਰਾ ਜਿਹੜੀ ਥੋੜ੍ਹੀ ਤਨਖਾਹ, ਮੇਰਾ ਘਰ ਦਾ ਚੁੱਲ੍ਹਾ ਹੀ ਬੰਦ ਕਰਤਾ। ਅੱਜ ਫਿਰ ਮੈਂ ਸੋਚਿਆ ਵੀ ਇੱਦੂ ਤਾਂ ਮਰੀ ਚੰਗਿਆਂ, ਕਿਉਂਕਿ 27 ਸਾਲ ਤੋਂ ਕਦੇ ਸਰਕਾਰ ਨਹੀਂ ਸਾਡੀ ਸੁਣੀ। ਹੁਣ ਇਹ ਸਾਡੇ ਜਿਹੜਾ ਅਧਿਕਾਰੀ ਆਇਆ ਇਹ ਕਰਪਟ ਬੰਦਾ ਗਿਆ, ਕੰਪਨੀ ਤੋਂ ਪੈਸੇ ਲੈਂਦੇ ਹੈਗੇ, ਉਹਦੇ ਕਰਕੇ ਵੀ ਮੈਂ ਤਾਂ ਇੱਦੂ ਮਰੀ ਚੰਗਾ। ਮੈਂ ਕਿਹਾ ਵੀ ਆਪਦੀ ਜਿੱਲਤ ਦੀ ਉਸ ਨਾਲ ਮੈਂ ਆਪਦੇ ਸਾਥੀਆਂ ਦਾ ਤਾਂ ਕੁਛ ਕਰਕੇ ਜਾਵਾਂ, ਇਸ ਕਰਕੇ ਮੈਂ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ 'ਤੇ ਚੜਿਆ। ਸਰ ਜੋ ਇਹ ਧਰਨਾ ਜੋ ਲੱਗਿਆ ਵਾ, ਅੱਜ ਸੈਕਿੰਡ ਵਾ ਧਰਨਾ, ਇੱਥੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀਆਂ ਵੀ ਵਰਕਰ ਦੀਆਂ ਜਾਇਜ਼ ਜੋ ਡਿਮਾਂਡਾਂ ਨੇ ਉਹ ਅਸੀਂ ਪੂਰੀਆਂ ਕਰ ਚੁੱਕੇ ਨੇ। ਵਰਕਰਾਂ ਨੂੰ ਸਿਰਫ ਇਹੀ ਕਿਹਾ ਗਿਆ ਸੀਗਾ ਵੀ ਤੁਸੀਂ ਆਪਣੇ ਟਿਊਬਲਾਂ ਦੇ ਉੱਤੇ ਆਪਣੀ ਬਣਦੀ ਡਿਊਟੀ ਕਰੋ, ਕਿਉਂਕਿ ਪੰਪ ਪੇਟਾਂ ਦੀ ਜਿਵੇਂ ਵੀ ਆਪ ਜੀ ਨੂੰ ਪਤਾ ਹੀ ਆ 60-70 ਹਜ਼ਾਰ ਤੋਂ ਉੱਪਰ ਇਹਦੀ ਸੈਲਰੀ ਆ। ਟਿਊਬਲਾਂ ਦੀ ਚੈਕਿੰਗ ਜੋ ਹੈਗਾ ਮੇਰਾ ਮੇਨ ਇੱਕ ਮਕਸਦ ਸੀਗਾ ਵੀ ਲੋਕਾਂ ਨੂੰ ਚੈੱਕ ਕੀਤਾ ਜਾਵੇ ਕਿ ਉਹ ਆਪਣੀ ਡਿਊਟੀਆਂ ਕਰ ਰਿਹਾ ਕਿ ਨਹੀਂ ਕਰ ਰਿਹਾ, ਕਿਉਂਕਿ ਆਮ ਕਿਉਂਕਿ ਮੈਨੂੰ ਵੀ ਆਏ ਇੱਥੇ 3 ਮਹੀਨੇ ਹੋ ਗਏ, ਸ਼ਿਕਾਇਤਾਂ ਮੇਰੇ ਕੋਲ ਲੋਕਾਂ ਦੀ ਬਹੁਤ ਆ ਰਹੀਆਂ ਵੀ ਪੰਪ ਆਪਰੇਟਰ ਆਪਣੀ ਡਿਊਟੀ ਬਣਦੀ ਨਹੀਂ ਕਰ ਰਹੇ। ਉਹ ਡਿਊਟੀਆਂ ਨੂੰ ਅਸੀਂ ਜਦੋਂ ਚੈੱਕ ਕੀਤਾ ਤਾਂ ਕਈ ਆਪਰੇਟਰ ਆਪਣੇ ਟਿਊਬਲਾਂ 'ਤੇ ਨਹੀਂ ਨੇ, ਇੱਕ ਗੱਲ। ਸੈਕਿੰਡ ਗੱਲ ਇਹ ਸੀਗੀ ਵੀ ਜਿਹੜੇ ਵੀ ਪੰਪ ਆਪਰੇਟਰ ਕੋਈ ਕੰਟਰੈਕਟ 'ਤੇ ਹੈਗੇ ਨੇ ਉਹਨਾਂ ਨੇ ਆਪਣੇ ਸਾਈਡ ਬਿਜ਼ਨਸ ਕੀਤੇ ਹੋਏ ਨੇ, ਕੋਈ ਕਿਤੇ ਸ਼ੌਪ 'ਤੇ ਕੰਮ ਕਰ ਰਿਹਾ, ਕੋਈ ਕਿਤੇ ਹੋਰ ਕੰਮ ਕਰ ਰਿਹਾ ਵਾ। ਜਦੋਂ ਉਹਨਾਂ ਨੂੰ ਜਾਂਚਿਆ ਗਿਆ ਜਾਂ ਉਹਨਾਂ ਦੇ ਟਿਊਬਲ ਨੂੰ ਚੈੱਕ ਕੀਤਾ ਗਿਆ, ਉੱਥੇ ਉਹ ਸਾਨੂੰ ਐਬਸੈਂਟ ਮਿਲੇ, ਜਿਹੜਾ ਕਿ ਅਸੀਂ ਉਹਨਾਂ ਨੂੰ ਲੈਟਰ ਵੀ ਦਿੱਤੇ, ਇਸ਼ੂ ਵੀ ਕੀਤੇ ਇਸ ਡਿਪਾਰਟਮੈਂਟ ਦੇ ਵੱਲੋਂ।
फिर उस तो बाद आती है मिति 3 तरीक की गल जो जो इन्होंने कुछ मुलाजमान ने PWD जो वर्क यूनियन ने उन्होंने दो मुलाजमान ने बड़ा मिसबिहेव किया मेरे इस सीट के प्रति बड़े अपशब्द बोले।